ਪਰੰਧਾਵਾ ਦੇ ਲਈ ਜਿਹਦੇ ਕਿ ਮੈਂ ਵੀਡੀਓ ਕੱਲ ਪਰਸੋਂ ਦੇਖੀ ਸੀਗੀ ਲਾਈਵ, ਉਹਨੇ ਹੋ ਕੇ ਕਿਹਾ ਕਹਿੰਦਾ ਉਹਨੂੰ ਕੋਈ ਕੁੜੀ ਸਿੰਗਰ ਚਾਹੀਦੀ ਆ ਜਿਹੜੀ ਉਹਦੇ ਨਾਲ ਡੂਇਟ ਸੌਂਗ ਕਰ ਸਕੇ। ਲੈ ਵੀ ਰੰਧਾਵਾ ਹੋ ਜਾ ਪਿਆ, ਹੁਣ ਮੈਂ ਆਉਣ ਲੱਗੀ ਹਾਂ ਸਰੀ ਤੋਂ। ਤਾਂ ਇੱਲੀ ਟਿਕ ਟਕਟਾ ਕੇ ਆ ਗਿਆ ਸੀ, ਮੈਨੂੰ ਨਹੀਂ ਲੱਗਦਾ ਤੂੰ ਆ ਜਾਏਂਗੀ। ਜੇ ਰੰਧਾਵਾ ਮੈਨੂੰ ਬਿਗ ਬੌਸ ਦੇ ਵਿੱਚ ਨਾ ਪਹੁੰਚਾਇਆ ਨਾ, ਹਿਸਾਬ ਲਾ ਲਈ ਆਪਣਾ ਤੇਰਾ ਬਣਦਾ ਕੀ। ਤੂੰ ਚੱਕ ਕੇ ਵੀਡੀਓ ਪਾਤੀ, ਮੈਨੂੰ ਫੋਨ ਕਰਨਾ ਸੀ, ਐਂ ਤੈਨੂੰ ਬਿਗ ਬੌਸ 'ਚ ਕਿਵੇਂ ਭੇਜ ਦਿਆਂ। ਉੜਦਾ ਤੀਰ ਤੂੰ ਮੇਰੇ ਪਿੱਛੇ ਪਾਉਣ ਨੂੰ ਫਿਰਦੀ ਸੀ, ਇਹ ਤੀਰ ਨਹੀਂ ਐਂ ਪੈਂਦਾ। ਸਦੀਕ ਹੋ ਗਿਆ ਵੋਟਾਂ ਕੰਨੀ, ਮੈਂ ਸਦੀਕ ਬਣਨਾ ਚਾਹੁੰਦਾ ਸੀ ਵੀ ਜਿਵੇਂ ਸਦੀਕ ਅਤੇ ਰਣਜੀਤ ਕੌਰ ਦੀ ਜੋੜੀ ਮਸ਼ਹੂਰ ਸੀ, ਮੈਂ ਉਵੇਂ ਕਰਨਾ ਚਾਹੁੰਦਾ ਸੀ। ਮੈਂ ਵੀਡੀਓ ਪਾਤੀ, ਮੇਰੇ ਪਹਿਲਾਂ ਗਾਣੇ ਆਏ ਵੇ ਆ, ਤੁਹਾਨੂੰ ਪਤਾ ਹੀ ਆ। ਮੈਂ ਵੀਡੀਓ ਪਾਤੀ, ਮੈਨੂੰ ਕੋਈ ਕੁੜੀ ਦਗਾਣਾ ਗਾਉਣ ਵਾਲੀ ਚਾਹੀਦੀ ਆ, ਨਾਲ ਗਾਉਣ ਵਾਲੀ ਚਾਹੀਦੀ ਆ, ਅਤੇ ਵੀ ਮੈਂ ਉਹਨੂੰ ਬਿਗ ਬੌਸ 'ਚ ਭੇਜੂੰਗਾ, ਅਤੇ ਮੈਂ ਕਿਸੇ ਵੀ ਸ਼ਰਤ ਤੋਂ ਮੁੱਕਰਦਾ ਨਹੀਂ, ਮੈਂ ਬਿਗ ਬੌਸ 'ਚ ਭੇਜੂ, ਸਾਰਾ ਕੁਛ ਕਰੂੰਗਾ। ਆਹ ਕੁੜੀ ਨੂੰ ਮੈਂ ਇਹ ਕਹਿਣਾ ਚਾਹੁੰਦਾ ਵੀ ਇਹ ਕੁੜੀ ਨੇ ਵੀਡੀਓ ਤਾਂ ਪਾਤੀ ਚੱਕ ਕੇ, ਪਹਿਲਾਂ ਮੇਰੇ ਨਾਲੇ ਇਹਨੇ ਕੋਈ ਗਾਣਾ ਗਾਇਆ ਗਾ? ਪਹਿਲੀ ਕਹਿੰਦੀ ਮੈਨੂੰ ਬਿਗ ਬੌਸ 'ਚ ਭੇਜ ਦੇ, ਵੀ ਐਂ ਤੈਨੂੰ ਬਿਗ ਬੌਸ 'ਚ ਕਿਵੇਂ ਭੇਜ ਦਿਆਂ। ਇਹ ਕੁੜੀ ਨੂੰ ਮੈਂ ਇਹ ਕਹਿਣਾ ਚਾਹੁੰਦਾ ਵੀ ਤੂੰ ਮੈਨੂੰ ਫੋਨ ਕਰ ਲੈਂਦੀ ਬੀਬਾ, ਬੀਬਾ ਤੂੰ ਮੈਨੂੰ ਪਹਿਲਾਂ ਫੋਨ ਕਰਨਾ ਸੀ। ਇਹ ਕੁੜੀ ਨੂੰ ਮੈਂ ਕਹਿਣਾ ਚਾਹੁੰਦਾ ਵੀ ਤੂੰ ਚੱਕ ਕੇ ਵੀਡੀਓ ਪਾਤੀ, ਮੈਨੂੰ ਫੋਨ ਕਰਨਾ ਸੀ, ਅਤੇ ਤੂੰ ਜਾਂ ਇੱਥੇ ਆ, ਤੂੰ ਮੇਰੇ ਨਾਲ ਗਾਣਾ ਗਾ, ਅਤੇ ਫਿਰ ਜੇ ਨਾ ਤੈਨੂੰ ਬਿਗ ਬੌਸ 'ਚ ਭੇਜਿਆ ਤਾਂ ਕਹੀ ਨਹੀਂ ਤੂੰ, ਠੀਕ ਆ। ਇਹ ਉੜਦਾ ਉੜਦਾ ਤੀਰ ਮੇਰੇ ਪਿੱਛੇ ਪਾਉਣ ਨੂੰ ਫਿਰਦੀ ਆ ਇਹ ਕੁੜੀ, ਇਹ ਕੁੜੀ ਉੜਦਾ ਉੜਦਾ ਤੀਰ ਮੇਰੇ ਪਿੱਛੇ ਪਾਉਣ ਨੂੰ ਫਿਰਦੀ ਆ ਇਹ ਸਰੀ ਵਾਲੀ। ਲੈ ਮੈਂ ਤੈਨੂੰ ਐਂ ਕਹਿੰਦਾ, ਮੈਂ ਜਿੱਥੇ ਤੂੰ ਕਹੇਂਗੀ ਉੱਥੇ ਭੇਜੂ ਬਿਗ ਬੌਸ 'ਚ ਮੇਰੇ ਨਾਲ, ਆ ਤੂੰ ਗਾਣਾ ਗਾ, ਅਤੇ ਤੂੰ ਮੇਰੇ 'ਤੇ ਜਾ ਕੇ ਉਹੀ ਵੀਡੀਓ ਪਾਤੀ। ਮੈਂ ਕਿਹੜਾ, ਮੈਂ ਤਾਂ ਇਹੀ ਕਿਹਾ ਸੀ ਵੀ ਮੈਨੂੰ ਗਾਉਣ ਵਾਲੀ ਕੁੜੀ ਚਾਹੀਦੀ ਆ, ਸੈਮੀ ਧਾਲੀਵਾਲ, ਹਾਂ ਸੈਮੀ ਧਾਲੀਵਾਲ ਆ ਯਾਰ ਕੁੜੀ, ਇਹਨੇ ਚੱਕ ਕੇ ਮੇਰੇ 'ਤੇ ਵੀਡੀਓ ਪਾਤੀ। ਮੈਂ ਤਾਂ ਜੋੜੀ ਬਣਾਉਣ ਨੂੰ ਫਿਰਦਾ ਸੀ ਯਾਰ, ਮੁਹੰਮਦ ਸਦੀਕ ਅਤੇ ਰਣਜੀਤ ਕੌਰ ਵੀ ਦੁਬਾਰੇ ਦਗਾਣਿਆਂ ਦਾ ਦੌਰ ਲਈ ਗਏ, ਵੀ ਮੇਰੇ ਚੱਲ ਪਹਿਲਾਂ 5-6 ਗਾਣੇ ਆਏ ਵੀ ਹੁਣ ਆਪਾਂ ਦਗਾਣਾ ਗਾ ਲਈਏ, ਅਤੇ ਕੁੜੀ ਨੇ ਨਾ ਤਾਂ ਮੈਨੂੰ ਫੋਨ ਕੀਤਾ ਚੱਕ ਕੇ ਮੇਰੇ 'ਤੇ ਵੀਡੀਓ ਪਾਤੀ, ਕਹਿੰਦੀ ਮੈਨੂੰ ਬਿਗ ਬੌਸ 'ਚ ਭੇਜ, ਬਿਗ ਬੌਸ 'ਚ ਤੈਨੂੰ ਕਿੱਧਰ ਭੇਜ ਦਿਆਂ। ਇਹ ਕਹਿੰਦੀ ਮੇਰੀਆਂ ਆਹ ਸ਼ਰਤਾਂ ਗੀਆਂ, ਸ਼ਰਤਾਂ ਤਾਂ ਫਿਰ ਪਹਿਲਾਂ ਮੈਂ ਵੀ ਦੱਸੀਆਂ ਸੀ ਵੀ ਕੁੜੀ ਮੇਰੇ ਨਾਲ ਉਹ ਗਾ ਸਕਦੀ ਹੈ ਜਿਹਦੀ ਪਾਣ ਦੀ ਬੇਗੀ ਵਰਗੀ ਜੀਭ ਹੋਵੇ, ਉਹ ਕੁੜੀ ਮੇਰੇ ਨਾਲ ਗਾ ਸਕਦੀ ਹੈ ਜਿਹਦੀ ਪਾਣ ਦੀ ਬੇਗੀ ਵਰਗੀ ਜੀਭ ਹੋਵੇ, ਅਤੇ ਪੱਤਿਆਂ ਵਿੱਚ ਦੀ ਆਵਾਜ਼ ਲੰਘੇ, ਪੱਤਿਆਂ ਵਿੱਚ ਦੀ ਐਂ ਸੂਹ ਕਰਕੇ ਆਵਾਜ਼ ਲੰਘੇ, ਉਹ ਕੁੜੀ ਮੇਰੇ ਨਾਲ ਗਾ ਸਕਦੀ ਜਿਹੜੀ ਪੱਤਿਆਂ ਵਿੱਚ ਦੀ ਐਂ ਬਾਜ ਲੰਘੇ ਪੂਰੀ ਘੈਂਟ, ਜਿਵੇਂ ਕਵੀਸਰ ਕਹਿੰਦੇ ਹੁੰਦੇ ਆ, ਪਾਣ ਦੀ ਬੇਗੀ ਵਰਗੀ ਜੀਭ ਚਾਹੀਦੀ ਆ। ਮੇਰੀਆਂ ਵੀ ਸ਼ਰਤਾਂ ਮੰਨ, ਤੂੰ ਤਾਂ ਕਹਿਤਾ ਜਾ ਆਰਾਮ ਨਾਲ, ਲੈ ਤੂੰ ਹੁਣ ਆ ਜਾ ਸਰੀ ਤੋਂ, ਲੈ ਗਾ ਮੇਰੇ ਨਾਲ ਗਾਣਾ, ਅਤੇ ਤੈਨੂੰ ਬਿਗ ਬੌਸ 'ਚ ਭੇਜਿਆ ਨਾ ਤਾਂ ਕਹਿੰਦੀ ਤੈਨੂੰ ਐਂ ਸੀ ਵੀ ਉੜਦਾ ਤੀਰ ਰੰਧਾਵੇ ਪਿੱਛੇ ਪਾ ਦਿੰਦੇ ਆ, ਐਂ ਨਹੀਂ ਬੀਬਾ ਤੀਰ ਪੈਂਦਾ ਪਿੱਛੇ ਮੇਰੇ, ਅਤੇ ਤੂੰ ਜੇ ਤੂੰ ਗਾਉਣਾ ਤਾਂ ਇੱਥੇ ਆ ਜਾ, ਮੈਂ ਕਹਿੰਦਾ ਗਾ ਤੂੰ ਆ ਪਹੁੰਚ ਅਤੇ ਗਾਉਂਦੇ ਆ, ਤੂੰ ਮੈਨੂੰ ਫੋਨ ਹੀ ਕਰ ਲੈਂਦੀ, ਘੱਟੋ ਘੱਟ ਮੈਨੂੰ ਫੋਨ ਹੀ ਕਰ ਲੈਂਦੀ। ਅਤੇ ਮੈਨੂੰ ਤਾਂ ਖੁਸ਼ੀ ਹੋਈ ਸੀ ਵੀ ਕਿਸੇ ਕੁੜੀ ਨੇ ਵੀਡੀਓ ਪਾਤੀ, ਚੱਲ ਗਾਉਣ ਵਾਲੀ ਮਿਲ ਗਈ, ਅਤੇ ਤੂੰ ਤਾਂ ਮੇਰੀ, ਮੈਨੂੰ ਤਾਂ ਹੁਣ ਸਮਝ ਨਹੀਂ ਆਉਂਦੀ, ਮੈਂ ਹੱਸਾਂ ਘਰੋਂ ਵਾਂ, ਮੈਨੂੰ ਤਾਂ ਐਂ ਖੁਸ਼ੀ ਵੀ ਚੱਲ ਕੁੜੀ ਗਾਉਣ ਵਾਲੀ ਮਿਲ ਗਈ, ਹੁਣ ਮੈਂ ਹੱਸਾਂ ਘਰੋਂ ਵਾਂ, ਮੈਨੂੰ ਸਮਝ ਨਹੀਂ ਆਉਂਦੀ। ਅਤੇ ਮੈਨੂੰ ਤਾਂ ਇਹੀ ਚੱਲ ਵੀ ਵਧੀਆ ਬਣ ਗਿਆ ਕੰਮ, ਕੁੜੀ ਮਿਲ ਗਈ ਗਾਉਣ ਵਾਲੀ, ਅਤੇ ਦਗਾਣੇ ਕਰਾਂਗੇ, ਅਤੇ ਤੂੰ ਤਾਂ ਪਾਤੀ ਮੈਨੂੰ ਬਿਗ ਬੌਸ 'ਚ ਭੇਜ, ਤੇਰੇ ਰਾਈਟਰ ਨਹੀਂ ਮਿੱਤਰ, ਐਂ ਨਹੀਂ ਮਿੱਤਰ, ਮਿੱਤਰ ਕਿਉਂ ਨਹੀਂ, ਮੇਰੇ ਸਾਰੇ ਯੂਟਿਊਬ 'ਤੇ ਗਾਣੇ ਸਰਚ ਮਾਰ ਲਾ, ਤੈਨੂੰ ਪਤਾ ਲੱਗ ਜੂਗਾ ਵੀ ਕੌਣ ਮੇਰਾ ਮਿੱਤਰ ਆ, ਆਰਨੇਜ ਦਾ ਗਾਣਾ ਗਾਇਆ ਕਿ ਨਹੀਂ, ਵਿੱਕੀ ਧਾਲੀਵਾਲ ਦਾ ਗਾਇਆ ਕਿ ਨਹੀਂ। ਮੈਨੂੰ ਤਾਂ ਐਂ ਸੀ ਵੀ ਚੱਲ ਸਦੀਕ ਵੋਟਾਂ ਕਿੰਨੀ ਹੋ ਗਏ, ਆਪਾਂ ਜਿਵੇਂ ਰਣਜੀਤ ਕੌਰ ਅਤੇ ਸਦੀਕ ਚੱਲੇ ਸੀ, ਐਂ ਜੋੜੀ ਬਣਾ ਲੈਂਦੇ, ਚੱਲ ਦਗਾਣੇ ਦਾ ਦੌਰ ਲਿਆਉਂਦੇ ਹਾਂ। ਮੈਂ ਤਾਂ ਊਂ ਵੀਡੀਓ ਪਾਤੀ ਸੀ, ਫਿਰ ਤੂੰ ਮੈਨੂੰ ਕਹਿੰਦੀ ਮੇਰੀ ਆਹ ਸ਼ਰਤਾਂ ਵੀ ਮੈਨੂੰ ਬਿਗ ਬੌਸ 'ਚ ਭੇਜ, ਬਿਗ ਬੌਸ 'ਚ ਤੈਨੂੰ ਕਿੱਧਰ ਪਹਿਲਾਂ ਹੀ ਭੇਜ ਦਿਆਂ, ਤੂੰ ਹਜੇ ਕੋਈ ਗਾਣਾ ਨਹੀਂ ਗਾਇਆ, ਕੁਛ ਹੋਰ ਨਹੀਂ, ਲੈ ਤੂੰ ਆ ਜਾ ਕੈਨੇਡਾ ਤੋਂ ਮੇਰੇ ਨਾਲ ਕਰ ਗਾਣਾ, ਤੈਨੂੰ ਨਾ ਬਿਗ ਬੌਸ 'ਚ 3-4 ਸਾਲ ਮੇਰੇ ਨਾਲ ਗਾ, ਨਾ ਤੈਨੂੰ ਬਿਗ ਬੌਸ 'ਚ ਭੇਜਿਆ ਤਾਂ ਕਹਿੰਦੀ ਨਾ ਤੈਨੂੰ ਮਸ਼ਹੂਰ ਕੀਤਾ ਤਾਂ ਮੇਰੇ ਨਾਲ ਰੰਧਾਵਾ ਨਹੀਂ ਗਾ, ਠੀਕ ਆ। ਤੂੰ ਚੱਕ ਕੇ ਵੀਡੀਓ ਪਾਤੀ, ਤੂੰ ਮੈਨੂੰ ਫੋਨ ਤਾਂ ਕਰ ਲੈ ਘੱਟੋ ਘੱਟ, ਹੈਂ। ਹਾਂ ਹਾਂ ਬਾਜਾ ਕੀ ਬਾਜਾ ਯਾਰ, ਬਾਜਾ ਬੂਜਾ ਜਸਪ੍ਰੀਤ ਭੁੱਲਰ, ਬਾਜਾ ਮੇਰੇ ਕੋਲ ਆ, ਸਾਰਾ ਕੁਛ ਤਿਆਰ ਆ ਯਾਰ, ਕੱਪੜੇ ਮੇਰੇ ਕੋਲ, ਗਾਉਣ ਵਾਲੇ ਤਿਆਰ ਆ, ਬਾਜਾ ਮੇਰੇ ਕੋਲ ਪਿਆ, ਜਿਹੜਾ ਕੁਛ ਕਹੋਗੇ ਉਹ ਪਿਆ ਮੇਰੇ ਕੋਲ, ਅਤੇ ਯਾਰ ਕੋਈ ਗੱਲ ਹੀ ਨਹੀਂ। ਇਹ ਕੁੜੀ ਨੇ ਚੱਕ ਕੇ ਵੀਡੀਓ ਪਾਤੀ ਸਰੀ ਤੋਂ, ਕਹਿੰਦੀ ਮੈਨੂੰ ਬਿਗ ਬੌਸ 'ਚ ਭੇਜ, ਮੈਂ ਐਂ ਕਰੂੰਗੀ ਜਾ ਕਰੂੰਗੀ, ਲੈ ਤੂੰ ਸਰੀ ਤੋਂ ਆ ਕੈਨੇਡਾ ਤੋਂ ਇੱਥੇ ਟਿਕਟ ਕਟਾ ਕੇ। ਬੀਬਾ ਕੌਣ ਆਉਂਦਾ ਗਾ, ਉਹ ਤਾਂ ਇੱਲੀ ਆ ਗਿਆ ਸੀ, ਮੈਨੂੰ ਨਹੀਂ ਲੱਗਦਾ, ਉਹ ਤਾਂ ਇੱਲੀ ਟਿਕਟ ਕਟਾ ਕੇ ਆ ਗਿਆ ਸੀ, ਮੈਨੂੰ ਨਹੀਂ ਲੱਗਦਾ ਤੂੰ ਆ ਜਾਏਂਗੀ, ਲੈ ਤੂੰ ਟਿਕਟ ਕਟਾ ਕੇ ਆ ਸਰੀ ਤੋਂ, ਅਤੇ ਫਿਰ ਦੇਖਦੇ ਹਾਂ ਆਪਾਂ। ਹੁਣ ਤੀਰ ਮੇਰੇ ਪਿੱਛੇ ਪਾਉਣ ਨੂੰ ਫਿਰਦੀ ਬੀਬਾ, ਐਂ ਨਹੀਂ ਤੀਰ ਪਿੱਛੇ ਪੈਂਦਾ ਮੇਰੇ, ਠੀਕ ਆ। ਤੂੰ ਟਿਕਟ ਕਟਾ, ਲਾ ਲੱਖ 1.5 ਲੱਖ ਸਰੀ ਤੋਂ ਆ, ਮੇਰੇ ਨਾਲ ਗਾਣਾ ਗਾ, 2-3 ਸਾਲ ਗਾ ਮੇਰੇ ਨਾਲ, ਜਿਵੇਂ ਰਣਜੀਤ ਕੌਰ ਅਤੇ ਮੁਹੰਮਦ ਸਦੀਕ ਦੀ ਜੋੜੀ ਸੀ। ਇਹ ਕੁੜੀ ਨੂੰ ਮੈਂ ਇਹੀ ਬੇਨਤੀ ਕਰਨਾ ਚਾਹੁੰਦਾ ਹਾਂ ਵੀ ਤੂੰ ਮੈਨੂੰ ਫੋਨ ਕਰ ਲੈਂਦੀ, ਪੰਜਾਬ ਲੈਵਲ 'ਤੇ ਮੁੱਦਾ ਵਧਾਉਣ ਦੀ ਕੀ ਲੋੜ ਸੀ, ਜੇ ਤੈਨੂੰ ਦਗਾਣਾ ਗਾਉਣਾ ਸੀ ਤਾਂ ਮੇਰੇ ਨਾਲ ਗਾ ਲੈਂਦੀ, ਫਿਰ ਤੂੰ ਮੈਨੂੰ ਕਹਿੰਦੀ ਵੀ ਤੇਰੇ ਨਾਲ ਬਣਦੀ ਦੇਖੀ ਜੇ ਤੂੰ ਮੇਰੀਆਂ ਸ਼ਰਤਾਂ ਨੇ ਪੂਰੀਆਂ ਕੀਤੀਆਂ, ਲੈ ਤੂੰ ਵੀ ਮੇਰੀ ਫਿਰ ਇੱਕ ਸ਼ਰਤ ਤੂੰ ਵੀ ਭੁੱਲ ਗਈ, ਮੇਰੀ ਇੱਕ ਸ਼ਰਤ ਮੈਂ ਇਹ ਕਹੀ ਸੀ ਤੈਨੂੰ, ਯਾਦ ਕਰ ਲਾ, ਮੈਂ ਕਿਹਾ ਵੀ ਕੁੜੀ ਮੇਰੇ ਨਾਲ ਉਹੀ ਗਾ ਸਕਦੀ ਹੈ ਜਿਹਦੀ ਪਾਣ ਦੀ ਬੇਗੀ ਵਰਗੀ ਜੀਭ ਹੋਵੇ, ਅਤੇ ਬਾਜ ਐਂ ਪੱਤਿਆਂ
ਇਹ ਕੁੜੀ ਕੋਲੇ ਵੀਡੀਓ ਪਹੁੰਚਦੀ ਕਰੋ ਤੇ ਕੁੜੀ ਮੇਰਾ ਇਹ ਗਾਣਾ ਗਾ ਕੇ ਉਧਰੋਂ ਰਿਪਲਾਈ ਕਰੇ, ਦਿਖਾਵੇ ਆਪਦੀ ਆਵਾਜ਼ ਵੀ ਕਿਵੇਂ ਆ। ਲੈ ਆ ਜੇ ਸਰੀ ਤੋਂ ਮੇਰੇ ਨਾਲ ਗਾਣਾ ਗਾ ਲੈ, ਬਿੱਗ ਬੌਸ 'ਚ ਵੀ ਭੇਜੂ ਸਾਰਾ ਕੁਛ।